ਹਾਂਜੀ ਕਿੱਦਾਂ ਮਿੱਤਰੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਜੀ, ਕਿੱਦਾਂ ਠੀਕ ਠਾਕ ਹੋ? ਅਤੇ ਕੱਲ੍ਹ ਦਾ ਵਲੋਗ ਆਪਾਂ ਤੁਹਾਨੂੰ ਜਿਵੇਂ ਦੱਸਿਆ ਕਿ ਆਪਾਂ ਆਪਣੇ ਪਿੰਡ ਤੋਂ ਉਹ ਨਵੀਂ ਸੀਰੀਜ਼ ਸ਼ੁਰੂ ਕੀਤੀ ਹੋਈ ਸੀ ਭਾਜੀ ਹੋਣਾ ਨੇ ਬੀਂਗ ਸਿੱਖ ਚੈਨਲ 'ਤੇ, ਉਹਦਾ ਸ਼ੂਟ ਕਰਦੇ ਕਰਦੇ ਪਹੁੰਚ ਗਿਆ ਜੀ ਸੱਲੀ ਪਿੰਡ ਜ਼ਿਲ੍ਹਾ ਕਾਂਗੜਾ। ਵਿਊ ਚੈੱਕ ਕਰੋ ਯਾਰ ਕਿੰਨਾ ਸੋਹਣਾ ਆ, ਬਹੁਤ ਪਿਆਰਾ ਵਿਊ ਆ ਯਾਰ। ਜਿੰਨੀ ਵਾਰੀ ਆਈਏ ਯਾਰ ਓਨੀ ਵਾਰੀ ਬਹੁਤ ਨਜ਼ਾਰਾ ਆਉਂਦਾ ਯਾਰ ਇੱਥੇ ਆ ਕੇ। ਆਪਾਂ ਘੱਟੋ ਘੱਟ ਵੀ ਇਸ ਵੀਕ ਦੇ ਵਿੱਚ ਆਪਾਂ ਰੱਖੜੀ ਵਾਲੇ ਦਿਨ ਆਏ ਸੀ, ਰੱਖੜੀ ਤੋਂ ਇੱਕ ਦਿਨ ਪਹਿਲਾਂ ਆਏ ਸੀ, ਅਤੇ ਅੱਜ ਫਿਰ ਆਪਾਂ ਆ ਗਏ ਹਾਂ ਯਾਰ। ਬਹੁਤ ਵਧੀਆ ਨਜ਼ਾਰੇ ਇੱਥੋਂ ਦੇ, ਪੂਰੇ ਐਂਡ ਕੁਦਰਤ ਨਾਲ ਜੁੜੇ ਹੋਏ ਇੱਥੋਂ ਦੇ ਲੋਕ, ਹੈ ਨਾ, ਵਧੀਆ ਨੇਚਰ ਯਾਰ। ਉਹ ਥੱਲੇ ਤੁਸੀਂ ਦੇਖ ਸਕਦੇ ਹੋ ਪਾਵਰ ਹਾਊਸ, ਉਹ ਸਾਹਮਣੇ ਰਹਿ ਗਿਆ ਪਾਵਰ ਹਾਊਸ, ਅਤੇ ਆਹ ਸਾਰਾ ਪਾਣੀ ਦੇਖੋ ਕਿੰਨਾ ਸੋਹਣਾ ਯਾਰ ਜਾ ਰਿਹਾ, ਐਂਡ ਪੂਰਾ ਵਾਈਟ ਵਾਈਟ ਪੂਰਾ ਪਿਓਰ ਪਾਣੀ ਹੈ ਯਾਰ। ਅੱਜ ਤੁਹਾਨੂੰ ਇਹ ਸਾਰਾ ਐਕਸਪਲੋਰ ਕਰਾਵਾਂਗੇ, ਅਤੇ ਉੱਧਰ ਸਾਡੇ ਬੰਦੇ ਹੁੰਦੇ ਪਏ ਆ ਰੈਡੀ, ਅਤੇ ਟਾਈਮ ਹੋ ਗਿਆ ਸਾਢੇ ਸੱਤ ਅੱਠ ਵੱਜ ਗਏ ਆ, ਅਤੇ ਅੱਜ ਅਸੀਂ ਸੋਚਿਆ ਸੀ ਥੋੜ੍ਹਾ ਜਲਦੀ ਰੈਡੀ ਹੋ ਕੇ ਅਤੇ ਘੁੰਮਦੇ ਫਿਰਦੇ ਹਾਂ, ਕਿਉਂਕਿ ਪਿਛਲੀ ਵਾਰੀ ਵੀ ਆਈ ਸੀ ਉਦੋਂ ਬਾਰਿਸ਼ ਆ ਗਈ ਸੀ ਅਤੇ ਆਪਾਂ ਘੁੰਮੇ ਵਾਸਾ ਨਹੀਂ, ਹੈ ਨਾ। ਅਤੇ ਇੱਧਰ ਸਾਡੇ ਬ੍ਰੇਕਫਾਸਟ ਹੁੰਦਾ ਪਿਆ ਤਿਆਰ, ਅਤੇ ਰਿੰਕੂ ਲੱਗ ਗਿਆ ਲੱਗ ਗਿਆ ਲੱਗ ਗਿਆ, ਅਤੇ ਹੋ ਗਏ ਰੈਡੀ ਜੀ? ਓਕੇ ਓਕੇ ਠੀਕ ਹੈ ਜੀ। ਇਹ ਇਹਨਾਂ ਦੀ ਕਿਚਨ ਆ ਜੀ, ਹੋਰ ਠੀਕ ਠਾਕ ਹੋ? ਲਓ ਜੀ ਪਰੌਂਠੀ ਆ ਗਏ ਗਰਮਾ ਗਰਮ। ਲਓ ਵੀ ਮਿੱਤਰੋ ਟਾਈਮ ਹੋ ਗਿਆ 8 ਵੱਜ ਗਏ ਆ, ਅਤੇ ਬ੍ਰੇਕਫਾਸਟ ਆਪਣਾ ਹੋ ਗਿਆ ਸ਼ੁਰੂ, ਅਤੇ ਆਹ ਤੁਸੀਂ ਦੇਖ ਸਕਦੇ ਹੋ ਭਾਈ, ਆਇਓ ਮਾੜਾ ਜਿਹਾ ਲੱਗੇ ਦਿਖਾ ਦਿਓ। ਇੱਧਰ ਆ ਗਿਆ ਦੇਸੀ ਘਿਓ, ਦਹੀਂ ਆ ਗਿਆ, ਚਾਰ ਆ ਗਿਆ ਅੰਬ ਦਾ, ਅਤੇ ਇੱਧਰ ਆ ਗਏ ਸਾਡੇ ਪਰੌਂਠੇ, ਅਤੇ ਵੀਡੀਓ ਨਾਲ ਬਣੇ ਰਹੋ, ਖਾ ਕੇ ਤੁਹਾਨੂੰ ਮਿਲਦੇ ਹਾਂ। ਅਤੇ ਹਾਂਜੀ ਮਿੱਤਰੋ, ਆਪਾਂ ਬ੍ਰੇਕਫਾਸਟ ਕਰ ਲਿਆ ਆ, ਅਤੇ ਹੁਣ ਤੁਹਾਨੂੰ ਘੁਮਾਵਾਂਗੇ ਪੂਰਾ ਇਹ ਪਿੰਡ, ਪੂਰਾ ਤੁਹਾਨੂੰ ਘੁਮਾਵਾਂਗੇ। ਆਹ ਨਦੀ ਵੇਖੋ ਕਿੱਦਾਂ ਵਹਿ ਰਹੀ ਹੈ ਪੂਰੀ, ਉਹ ਥੱਲੇ ਜਾਵਾਂਗੇ, ਉਹ ਨੀਚੇ ਵਾਲੀ ਸਾਈਡ ਵੀ ਪਾਵਰ ਹਾਊਸ ਹੈਗਾ ਵਾ, ਉਹ ਉੱਪਰ ਵਾਲੀ ਸਾਈਡ ਵੀ ਆ, ਸਾਰਾ ਅੱਜ ਐਕਸਪਲੋਰ ਕਰਕੇ ਜਾਣਾ ਯਾਰ। ਲਓ ਵੀ ਸ਼ੂਟ ਚੱਲਣ ਲੱਗ ਪਿਆ ਆਪਣਾ, ਉਹ ਵੇਖੋ ਕਿੱਥੇ ਬਈ, ਬਹੁਤ ਵਧੀਆ ਨਜ਼ਾਰਾ, ਬਹੁਤ ਵਧੀਆ ਨਜ਼ਾਰਾ। ਅੱਜ ਪੰਜਾਬ 'ਚ ਪੈਂਦਾ ਪਿਆ ਮੀਂਹ, ਅਤੇ ਆਹ ਸਾਰੇ ਬੱਦਲ ਹੁਣ ਪੰਜਾਬ ਵਾਲੀ ਸਾਈਡ ਤੋਂ ਆ ਗਏ ਆ, ਤੁਸੀਂ ਦੇਖ ਸਕਦੇ ਹੋ ਐਨ ਪੂਰੇ ਬੱਦਲਾਂ 'ਚ ਘਿਰ ਗਏ ਆਪਾਂ ਇਸ ਟਾਈਮ, ਅਤੇ ਆਹ ਦੇਖੋ ਨੀਚੇ ਵਾਲੀ ਸਾਈਡ 'ਤੇ ਬੱਦਲ ਆ, ਅਤੇ ਪੂਰਾ ਘੈਂਟ ਮਾਹੌਲ ਯਾਰ, ਜਿਹਨੂੰ ਕਹਿੰਦੇ ਪੂਰਾ ਘੈਂਟ ਮਾਹੌਲ, ਪੂਰਾ ਘੈਂਟ ਦਿਲਕਸ਼ ਨਜ਼ਾਰਾ, ਘੈਂਟ ਆ ਯਾਰ, ਬਹੁਤ ਘੈਂਟ ਆ। ਓਏ ਹੋਏ ਪੂਰੇ ਆਸ ਪਾਸ ਹੀ ਆਪਣੇ ਘੁੰਮਦੇ ਰਹਿੰਦੇ ਆ, ਆਹ ਚੜ੍ਹ ਨਜ਼ਾਰਾ ਘੈਂਟ ਕਾ। ਇਹਨਾਂ ਦੇ ਵੀ ਲਾ ਦਿਓ। ਲਓ ਜੀ ਅੱਜ ਦਾ ਸ਼ੂਟ ਸ਼ੁਰੂ ਹੋ ਗਿਆ, ਪਿਆਜ਼ ਲਾ ਦਿਓ, ਪਿਆਜ਼ ਰੋਣਾ ਆਪਣੇ ਆਪ ਆ ਜਾਏਗਾ, ਨਹੀਂ ਮਾੜਾ ਟੱਚ ਕਰ ਦਿਓ ਨਾ ਥੱਲੇ 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 ਇੱਕ ਜਗ੍ਹਾ ਦੱਸਣੀ ਆ। ਪਿਛਲੀ ਵਾਰੀ ਨਾ ਮੈਂ ਇੱਥੋਂ ਹੀ ਰਾਤ ਦਾ ਟਾਈਮ ਸੀ 3 ਵਜੇ ਦਾ, ਇੱਥੋਂ ਡਿੱਗੇ ਸੀ ਨਾ ਆਪਾਂ, ਇੱਥੋਂ ਡਿੱਗਣਾ ਸਟਾਰਟ ਹੋਇਆ, ਮੈਂ ਉਹ ਨੀਚੇ ਗਿਆ ਪਾਣੀ ਤੱਕ, ਉਰੋ ਪਾਣੀ ਇੱਥੇ ਹੈਗਾ ਸੀ, ਹੈ ਨਾ, ਹੁਣ ਧਿਆਨ ਨਾਲ ਹੀ ਜਾਣਾ ਪੈਣਾ। ਰਹਿ ਵੀ ਆ ਗਏ ਨੀਚੇ, ਨੀਚੇ ਕਈ ਜਾਣੇ ਥੱਲੇ ਆ ਗਏ ਹਾਂ, ਅਤੇ ਸਾਹਮਣੇ ਗੱਡੀ ਲੱਗੀ ਆ, ਇਹਨੂੰ ਰਾਤੀ ਪੱਥਰ ਲੱਗ ਗਏ ਆਪਾਂ, ਕਿ ਮਤਲਬ ਖਿਸਕੇ ਨਾ ਮਤਲਬ ਥਾਂ ਨੂੰ, ਅਤੇ ਇੱਧਰਲੀ ਸਾਈਡ 'ਤੇ ਨਦੀ ਆ ਯਾਰ ਬੜੀ ਸੋਹਣੀ, ਦਿਖਾਉਂਦੇ ਤੁਹਾਨੂੰ। ਅਤੇ ਹੁਣ ਚੱਲੇ ਹਾਂ ਨੀਚੇ ਪਿੰਡ ਸੱਲੀ, ਸੱਲੀ ਪਿੰਡ, ਅਤੇ ਆਪਾਂ ਡੇਰਿਆਂ 'ਤੇ ਆਏ, ਜਿੱਦਾਂ ਉਹ ਡੇਰੇ ਦੇ ਹੁੰਦੇ ਪਿੰਡਾਂ ਦੇ ਵਿੱਚ ਪੰਜਾਬ ਵਾਲੀ ਸਾਈਡ, ਅਤੇ ਇੱਦਾਂ ਇੱਧਰ ਹਿਮਾਚਲ ਦੇ ਡੇਰੇ, ਮੰਨ ਲਓ ਜੋਗਿੰਦਰ ਜੀ ਦੇ ਡੇਰੇ ਗਏ ਸੀ, ਤੇ ਹੁਣ ਥੱਲੇ ਇਹਨਾਂ ਦੇ ਪਿੰਡ 'ਚ, ਹੁਣ ਪਿੰਡ ਚੱਲੇ। ਇਹ ਇੱਧਰ ਕੀ ਕਹਿੰਦੇ, ਕੋਠੇ? ਨਹੀਂ ਨਹੀਂ ਇਹਦੇ ਕਹਿੰਦੇ ਗਾਉਂ, ਗਰਾਂ, ਗਰਾਂ ਕਹਿੰਦੇ। ਨਹੀਂ ਨਹੀਂ ਘਰ ਨੂੰ ਕੀ ਕਹਿੰਦੇ, ਜਿੱਦਾਂ ਤੁਹਾਡਾ ਘਰ ਇਕੱਲਾ ਆ, ਇਕੱਲਾ ਘਰ ਮਤਲਬ ਕਿੱਲੇ ਘਰ, ਉਹ ਇਕੱਲਾ ਹੀ ਘਰ ਹੀ ਬੋਲ, ਕਿੱਲਾ ਉਹ ਇਕੱਲਾ ਘਰ, ਇਕੱਲਾ ਘਰ, ਇਕੱਲਾ ਹੀ ਘਰ, ਇਕੱਲਾ ਘਰ, ਠੀਕ ਹੈ। ਚਲੋ ਠੀਕ ਹੈ ਜੀ, ਪਹਿਲੇ ਤੁਹਾਨੂੰ ਨੀਚੇ ਜਾ
ਨਹੀਂ ਦੱਸਣ ਦੇ। ਕਿੰਨੀ ਸੋਹਣੀ ਮਾਰਕੀਟ ਆ ਯਾਰ, ਕਿੰਨਾ ਸੋਹਣਾ ਵਿਊ ਆ ਹੈ ਨਾ। ਅਤੇ ਇੱਧਰ ਪੂਰੀ ਛੂਟ ਦੀ ਤਿਆਰੀ ਹੈ, ਪੂਰੀ ਤਿਆਰੀ ਲਾ ਦਿੱਤੀ ਦੁਕਾਨ ਪੂਰੀ ਖੋਲ੍ਹਤਾ ਕੰਮ ਹਿਮਾਚਲ ਜੀ ਤੁਹਾਨੂੰ ਸਬਜ਼ੀਆਂ ਦਾ। ਚਲੋ ਜੀ ਚਲੋ ਫਿਰ। ਉੱਤਰ 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 ਜਾ ਉੱਤਰ ਜਾ। ਬਹੁਤ ਸੋਹਣਾ ਵਿਊ ਯਾਰ, ਬਹੁਤ ਜ਼ਿਆਦਾ। ਅਤੇ ਸਾਰਾ ਆਲਮੋਸਟ ਸ਼ੂਟ ਸਾਡਾ ਡਨ ਹੋ ਗਿਆ ਆ। ਅਤੇ ਸਾਰਾ ਆਲਮੋਸਟ ਸਾਡਾ ਸ਼ੂਟ ਹੋ ਗਿਆ ਡਨ। ਅਤੇ ਬਹੁਤ ਹੀ ਵਧੀਆ ਯਾਰ, ਬਹੁਤ ਵਧੀਆ ਨਜ਼ਾਰੇ ਇੱਥੋਂ ਦੇ ਭਾਜੀ, ਬਹੁਤ ਵਧੀਆ, ਬਹੁਤ ਸੋਹਣਾ ਤੁਹਾਡਾ ਪਿੰਡ ਆ, ਪੂਰੇ ਨਜ਼ਾਰੇ ਤੁਹਾਡੇ ਪਿੰਡ ਦੇ ਆਹ ਦੇਖ ਸਕਦੇ ਹੋ। ਘੈਂਟ ਗੱਲਬਾਤ ਆ ਤੁਹਾਡੇ ਪਿੰਡ ਦੀ ਹੈਂ। ਆਹ ਸਾਹਮਣੇ ਤੁਸੀਂ ਦੇਖੋ ਸੋਹਣੇ ਸੋਹਣੇ ਬੱਦਲ ਜਾਂਦੇ ਪਏ ਉੱਪਰ ਨੂੰ, ਹੈ ਨਾ। ਅਤੇ ਜ਼ਿਲ੍ਹਾ ਕਿਹੜਾ ਆ? ਕਾਂਗੜਾ ਜ਼ਿਲ੍ਹਾ, ਡਿਸਟ੍ਰਿਕਟ ਕਾਂਗੜਾ। ਡਿਸਟ੍ਰਿਕਟ ਕਾਂਗੜਾ, ਪਿੰਡ ਸੱਲੀ ਸੱਲੀ ਵੈਲੀ। ਅਤੇ ਮੈਂ ਕਿੰਨੀ ਵਾਰੀ ਆ ਗਿਆ? ਘੱਟੋ ਘੱਟ 8-9 ਵਾਰੀ ਆ ਗਏ ਆਪਾਂ ਇੱਥੇ, ਕਿਉਂਕਿ ਸਾਨੂੰ ਆਪਾਂ ਮਕਲੋੜਗੰਜ ਵਧੀਆ, ਸਾਰੀਆਂ ਜਗ੍ਹਾ ਵਧੀਆ, ਕਿਸੇ ਨੂੰ ਆਪਾਂ ਮਾੜਾ ਨਹੀਂ ਕਹਾਂਗੇ, ਪਰ ਕਹਿਣ ਦਾ ਮਤਲਬ ਅਸੀਂ ਭੀੜ ਭੜੱਕੇ ਵਾਲੀ ਜਗ੍ਹਾ 'ਤੇ ਨਹੀਂ ਜਾਂਦੇ, ਆਪਾਂ ਇਹ ਸ਼ਾਂਤ ਜਿਹੀ ਜਗ੍ਹਾ 'ਤੇ ਜਾਂਦੇ ਹਾਂ, ਕਿਉਂਕਿ ਕਿੰਨੀ ਸ਼ਾਂਤੀ ਇੱਥੇ ਆ ਨਾ, ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਸ਼ਾਂਤੀ ਆ। ਦੇਖੋ ਬੱਦਲ ਜਾਂਦੇ ਪਏ ਆ, ਪੂਰੀ ਭਾਫ ਹੀ ਹੁੰਦੀ ਆ ਨਾ। ਹਾਂਜੀ ਹਾਂਜੀ, ਤੁਹਾਡੀ ਉੱਪਰ ਵਾਲੀ ਸਾਈਡ ਤੋਂ ਵੀ ਜਾਂਦੇ ਪਏ ਆ, ਬਹੁਤ ਸੋਹਣਾ ਵਿਊ ਆ ਯਾਰ। 15-20 ਬਾਰਿਸ਼ ਆਉਂਦੀ ਪਈ ਹੈ ਯਾਰ ਥੋੜ੍ਹੀ ਥੋੜ੍ਹੀ। ਮਾਹੌਲ ਬਹੁਤ ਵਧੀਆ ਯਾਰ, ਬਹੁਤ ਜ਼ਿਆਦਾ ਵਧੀਆ ਮਾਹੌਲ ਹੈ ਯਾਰ। ਅਤੇ ਹਾਂ, ਜ਼ਰੂਰ ਘੁੰਮਣ ਆਓ ਇਹੋ ਜਿਹੀ ਸੋਹਣੀ ਸੋਹਣੀ ਜਗ੍ਹਾ 'ਤੇ, ਤੁਸੀਂ ਦੇਖ ਸਕਦੇ ਹੋ ਹੈ ਨਾ ਕਿੰਨਾ ਸੋਹਣਾ ਵਿਊ ਹੈ ਯਾਰ। ਹੈ ਹਰ ਇੱਕ ਮੋੜ 'ਤੇ ਇੱਕ ਵਧੀਆ ਵਾਈਬ ਆ ਰਹੀ ਆ। ਇਸ ਟਾਈਮ ਪੂਰੇ ਬੱਦਲਾਂ 'ਚ ਘੁੰਮ ਰਹੇ ਆਪਾਂ, ਹੈ ਨਾ। ਆਹ ਤੁਸੀਂ ਦੇਖ ਸਕਦੇ ਹੋ, ਬਹੁਤ ਵਧੀਆ ਮਾਹੌਲ ਹੈ ਯਾਰ ਇੱਥੇ ਦਾ। ਕਿੰਨੇ ਸੋਹਣੇ ਸੋਹਣੇ ਏਰੀਆ ਆ ਰਹੇ ਯਾਰ, ਬਹੁਤ ਸੋਹਣਾ ਇਲਾਕਾ, ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਹਰ। ਮੈਂ ਉਦੋਂ ਤਾਂ ਇਹੀ ਗੱਲ ਕਹੀ ਜਾਂਦਾ, ਬਹੁਤ ਸੋਹਣਾ ਇਲਾਕਾ, ਬਹੁਤ ਸੋਹਣਾ ਇਲਾਕਾ ਹੈਗਾ ਵੀ ਆ, ਬਹੁਤ ਜ਼ਿਆਦਾ ਵਧੀਆ। ਕਿੱਦਾਂ ਮਿੱਤਰੋ, ਅੱਜ ਅਸੀਂ ਆਏ ਆ ਪਿੰਡ ਕੁਠਾਰਨਾ, ਤੇ ਤੁਹਾਨੂੰ ਇੱਥੋਂ ਦੇ ਸੋਹਣੇ ਸੋਹਣੇ ਵਿਊ ਦਿਖਾਉਂਦੇ ਯਾਰ।
ਆ ਤੁਸੀਂ ਸਾਹਮਣੇ ਚੈੱਕ ਕਰੋ ਯਾਰ ਕਿੰਨਾ ਸੋਹਣਾ ਯਾਰ ਵਿਊ। ਓਏ ਹੋਏ ਹੋਏ ਝਰਨਾ ਪੈਂਦਾ ਪਿਆ ਯਾਰ ਪੂਰਾ ਨਦੀ ਪੂਰੇ ਘੈਂਟ ਨਜ਼ਾਰੇ ਯਾਰ ਪੂਰੇ 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 ਬੱਦਲਾਂ 'ਚ ਖੜ੍ਹੇ ਇਸ ਟਾਈਮ ਜਿੱਥੇ ਆਪਾਂ ਖੜ੍ਹੇ ਹਾਂ ਇਹ ਹੈਗਾ ਜਗ੍ਹਾ ਜਗ੍ਹਾ ਕਿਹੜੀ ਹੈ ਉੱਦਾਂ ਕੁਠਾਰਨਾ ਅੱਛਾ ਅੱਛਾ ਕੁਠਾਰਨਾ ਜਗ੍ਹਾ ਪਿਛਲੀ ਸਾਈਡ 'ਤੇ ਦੇਖੋ ਬੱਦਲ ਕਿੰਨੇ ਸੋਹਣੇ ਸੋਹਣੇ ਲੱਗਣ ਡੇ ਆ ਇੱਥੋਂ ਇੱਥੋਂ ਟਰੈਕ ਸ਼ੁਰੂ ਹੁੰਦਾ ਜੀ ਹਾਈਐਸਟ ਹਾਈਟ ਲਿਖੀ ਆ 3110 ਮੀਟਰ ਡਿਸਟੈਂਸ ਹੈਗਾ 10 ਕਿਲੋਮੀਟਰ ਜੇ ਕਿਸੇ ਨੇ ਕਰੇਰੀ ਲੇਕ ਜਾਣਾ ਇਹ ਵਾਲਾ ਟਰੈਕ ਆ ਇੱਥੋਂ ਸ਼ੁਰੂ ਹੁੰਦਾ ਅਤੇ 5 ਘੰਟੇ ਲੱਗਦੇ ਆ ਲੈ ਵੀ ਇੱਧਰ ਬਾਈ ਤਿਆਰੀ ਕਰਦਾ ਪਿਆ ਮੈਗੀ ਬਣਾਵਾਂਗੇ ਅੱਜ ਮੈਗੀ ਖਾਵਾਂਗੇ ਪਹਾੜਾਂ ਦੀ ਮੈਗੀ ਚੱਲ ਰਹੀ ਤਿਆਰੀ ਪੂਰੀ ਠੀਕ ਹੈ ਠੀਕ ਹੈ ਬਾਰਿਸ਼ ਪੂਰੀ ਲੱਗੀ ਹੋਈ ਹੈ ਜੀ ਅਤੇ ਹੁਣ ਅਸੀਂ ਇੱਧਰੋਂ ਖਾਵਾਂਗੇ ਮੈਗੀ ਅਤੇ ਮੈਗੀ ਰੈਡੀ ਹੁੰਦੀ ਪਈ ਆ ਸਾਡੀ ਬੱਸ ਆਉਂਦੀ ਪਈ ਅੱਗੇ ਆ ਜਾਓ ਆ ਜਾਓ ਆ ਜਾਓ ਆ ਜਾਓ ਉਹ ਜਗ੍ਹਾ ਇੱਥੇ ਰਸਤੇ 'ਚ ਖੜ੍ਹੇ ਸੀ ਆਹ ਤੁਸੀਂ ਦੇਖ ਸਕਦੇ ਹੋ ਯਾਰ ਹੁਣੇ ਹੁਣੇ ਲੈਂਡ ਸਲਾਈਡਿੰਗ ਹੋਈ ਆ ਪੂਰਾ ਦਾ ਪੂਰਾ ਵਹਿ ਗਿਆ ਬਹੁਤ ਰਿਸਕੀ ਜਗ੍ਹਾ ਯਾਰ ਬਹੁਤ ਰਿਸਕੀ ਜਗ੍ਹਾ ਇੱਥੋਂ ਬਾਰਿਸ਼ਾਂ ਦਾ ਮਾਹੌਲ ਆ ਹੈ ਨਾ ਅਤੇ ਅਸੀਂ ਯਾਰ ਘਰੋਂ ਇਸ ਤਰੀਕੇ ਨਾਲ ਆਉਂਦੇ ਹਾਂ ਕਿ ਯਾਰ ਮੀਂਹ ਨਹੀਂ ਪੈਣ ਡਿਆ ਹੋਊਗਾ ਉੱਥੇ ਕਿਉਂਕਿ ਜਿਵੇਂ ਪੰਜਾਬ 'ਚ ਮਤਲਬ ਸਾਉਣ ਮਹੀਨਾ ਲੰਘ ਗਿਆ ਬਾਰਿਸ਼ਾਂ ਦਾ ਮਾਹੌਲ ਅਤੇ ਪਰ ਜਦੋਂ ਪਹਾੜਾਂ 'ਚ ਆਈਏ ਕੱਲ੍ਹ ਇੱਥੇ ਧੁੱਪ ਹੀ ਅਚਾਨਕ ਮੌਸਮ ਖਰਾਬ ਹੋ ਗਿਆ ਅਤੇ ਬਹੁਤ ਜ਼ਿਆਦਾ ਧੁੱਪ ਕਹਿ ਰਿਹਾ ਬਹੁਤ ਜ਼ਿਆਦਾ ਬਾਰਿਸ਼ ਆ ਯਾਰ ਇੱਥੇ ਆਹ ਤੁਸੀਂ ਦੇਖ ਸਕਦੇ ਹੋ ਯਾਰ ਅਤੇ ਹੁਣ ਉੱਥੇ ਸਾਹਮਣੇ ਖੋਖਾ ਉੱਥੋਂ ਚਾਹ ਪੀਂਦੇ ਹਾਂ ਯਾਰ ਬਹੁਤ ਵਧੀਆ ਯਾਰ ਕਿੰਨਾ ਸੋਹਣਾ ਵਾ ਇੱਦਾਂ ਦਾ ਰੋਡ ਬਣ ਜਾਣਾ ਜਦੋਂ ਆਪਣਾ ਪੂਰਾ ਫਾਈਨਲ ਹੋ ਜਾਣਾ ਨਾ ਇਹ ਵਾਲਾ ਹਾਈਵੇ ਪਠਾਨਕੋਟ ਤੋਂ ਜਿਹੜਾ ਮਨਾਲੀ ਨੂੰ ਅਤੇ ਐਵੇਂ ਦਾ ਹਾਈਵੇ ਬਣ ਜਾਣਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਹਾਈਵੇ ਆ ਲੈ ਵੀ ਵਾਟਰਫਾਲ ਆ ਗਿਆ ਹੈ ਵਾਟਰਫਾਲੀ ਦੇਖੋ ਜੀ ਕੁਦਰਤ ਦੇ ਨਜ਼ਾਰੇ ਤੇਜਿੰਦਰ ਭਾਈ ਦੀ ਦੁਕਾਨ ਤੇ ਆ ਗਏ ਆ ਸਬਜ਼ੀ ਲੈਣ ਤਾਜ਼ੀ ਸਬਜ਼ੀ ਆਏ ਮੈਂ ਬੰਦਾ ਰੱਖ ਲਿਆ ਸਹੀ ਸਹੀ ਸਬਜ਼ੀ ਉਹ ਸਾਹਮਣੇ ਪਟੋਲ ਉਹ ਲੈ ਕੇ ਜਾਣਾ